ਸਤਿ ਸ਼੍ਰੀ ਅਕਾਲ ਜੀ, ਇੱਧਰ ਕੈਮਰਾ ਮਾਰਿਆ, ਕੀ ਹੋ ਗਿਆ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮੋਹਿੰਦਰ ਕੌਰ ਫਲਾਈ ਅਬਰੋਡ ਦੇ ਹੈੱਡ ਆਫਿਸ ਤੋਂ ਅੱਜ ਮੈਂ ਲਾਈਵ ਹੋਈ ਹਾਂ। ਜਿਵੇਂ ਕਿ ਤੁਸੀਂ ਜਾਣਦੇ ਸੀ, ਰਵਨੀਤ ਕੌਰ ਜਿਸਨੇ ਬੀ ਡੀ ਐਸ ਕੀਤੀ ਸੀ, ਦੋ ਦਿਨ ਪਹਿਲਾਂ ਆਪਾਂ ਉਹਨਾਂ ਦਾ ਵੀਜ਼ਾ ਅਪਲੋਡ। ਰਵਨੀਤ ਕੌਰ ਦੇ ਇਹਨਾਂ ਦੇ ਪੇਰੈਂਟਸ ਸਾਡੇ ਨਾਲ ਨੇ, ਆਓ ਆਪਾਂ ਇਹਨਾਂ ਦੇ ਮੂੰਹ, ਇਹਨਾਂ ਦੀ ਜ਼ਬਾਨੀ ਗੱਲਾਂ ਸੁਣੀਏ, ਇਹਨਾਂ ਨੂੰ ਕਿਵੇਂ ਦਾ ਲੱਗਾ ਸਾਡੇ ਕੋਲ ਫਾਈਲ ਲਗਾ ਕੇ, ਔਰ ਕਿਵੇਂ ਦਾ ਇਹ ਫੀਲ ਕਰ ਰਹੇ ਨੇ ਅੱਜ ਇੱਥੇ ਵੀਜ਼ਾ ਲੈਣ ਤੋਂ ਬਾਅਦ। ਪਲੀਜ਼ ਹੈਵ ਅ ਲੁੱਕ ਐਟ ਰਵਨੀਤ ਕੌਰ। ਹੈਲੋ, ਮਾਈ ਨੇਮ ਇਜ਼ ਰਵਨੀਤ ਕੌਰ ਐਂਡ ਆਈ ਹੈਵ ਕੰਪਲੀਟਿਡ ਬੀ ਡੀ ਐਸ ਇਨ ਮਈ 2018। ਆਈ ਹੈਵ ਸਕੋਰਡ 6.5 ਬੈਂਡਸ ਇਨ ਆਈਐਲਟਸ ਐਂਡ ਆਈ ਹੈਵ ਗੋਟ ਸਟੱਡੀ ਵੀਜ਼ਾ ਇਨ ਸਿਡਨੀ ਇਨ ਮਾਸਟਰਸ ਆਫ ਪਬਲਿਕ ਹੈਲਥ। ਅਤੇ ਕਿੱਥੋਂ ਦੇ ਰਹਿਣ ਵਾਲੇ ਹੋ, ਕਿਵੇਂ ਤੁਹਾਨੂੰ ਸਾਡੇ ਬਾਰੇ ਪਤਾ ਲੱਗਾ, ਤੁਸੀਂ ਕਦੋਂ ਆਏ ਫਾਈਲ ਲਗਾਉਣ, ਔਰ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਰਵਨੀਤ, ਤੁਸੀਂ ਸਾਰਾ ਕੁਝ ਇੱਥੇ ਦੱਸੋ। ਆਈ ਐਮ ਫਰੋਮ ਅੰਮ੍ਰਿਤਸਰ ਐਂਡ ਜਦੋਂ ਮੈਂ ਫੇਸਬੁੱਕ ਤੋਂ ਮੈਮ ਦੇ ਨਾਲ ਕੰਟੈਕਟ ਕੀਤਾ ਸੀਗਾ ਫਾਈਲ ਲਗਾਉਣ ਤੋਂ ਪਹਿਲਾਂ, ਐਂਡ ਓਵਰਆਲ ਬਹੁਤ ਵਧੀਆ ਐਕਸਪੀਰੀਅੰਸ ਸੀਗਾ। ਜਦੋਂ ਪਹਿਲਾਂ ਮੈਮ ਨਾਲ ਫੇਸਬੁੱਕ 'ਤੇ ਵੀ ਕੰਟੈਕਟ ਕੀਤਾ ਐਂਡ ਮੈਮ ਨੇ ਮੈਨੂੰ ਉਦੋਂ ਵੀ ਕਾਫੀ ਕੁਝ ਗਾਈਡ ਕੀਤਾ ਸੀ ਫੇਸਬੁੱਕ 'ਤੇ ਵੀ, ਐਂਡ ਦੈਨ ਫਿਰ ਮੈਂ ਮੈਮ ਦੇ ਆਫਿਸ ਵਿਜ਼ਿਟ ਕੀਤਾ, ਦੈਨ ਸਟਾਫ ਨਾਲ ਕਾਉਂਸਲਿੰਗ ਸਟਾਰਟ ਕੀਤੀ, ਐਂਡ ਉਹ ਵੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਟਾਫ ਨਾਲ। ਦੈਨ ਜਦੋਂ ਮੈਮ ਨਾਲ ਗੱਲ ਹੋਈ ਫੇਸ ਟੂ ਫੇਸ ਆਪਾਂ ਮਿਲੇ, ਦੈਨ ਮੈਮ ਨੇ ਸ਼ਿਓਰਿਟੀ ਦਿੱਤੀ ਕਿ ਵੀਜ਼ਾ 100% ਆਏਗਾ, ਐਂਡ ਕਿਉਂਕਿ ਇਸ ਤੋਂ ਪਹਿਲਾਂ ਆਪਾਂ 2-3 ਏਜੰਟਸ ਨੂੰ ਗਏ ਸੀਗੇ ਜਿਨ੍ਹਾਂ ਨੂੰ ਕੋਈ ਬਹੁਤੀ ਸ਼ਿਓਰਿਟੀ ਨਹੀਂ ਸੀਗੀ ਦਿੱਤੀ ਕਿ ਵੀਜ਼ਾ ਆਏਗਾ ਜਾਂ ਨਹੀਂ ਆਏਗਾ। ਤੁਸੀਂ ਇਸ ਤੋਂ ਪਹਿਲਾਂ ਕੈਨੇਡਾ ਵਿੱਚ ਅਪਲਾਈ ਕੀਤਾ ਸੀ ਜਾਂ ਕਿਤੋਂ ਕੁਛ ਗਾਈਡੈਂਸ ਲਈ ਸੀ ਜਾਂ ਕੋਈ ਕਾਉਂਸਲਿੰਗ ਲਈ ਸੀ? ਹਾਂਜੀ, 1-2 ਏਜੰਟਸ ਕੋਲ ਆਪਾਂ ਪਹਿਲਾਂ ਲਈ ਸੀਗੀ ਕਾਉਂਸਲਿੰਗ, ਕੈਨੇਡਾ ਲਈ ਵੀ ਲਈ ਸੀਗੀ, ਬਟ ਉਹਦੇ ਵਿੱਚ ਕੋਈ ਅਪਰੂਵਲ ਨਹੀਂ ਸੀ ਹੈਗੀ ਐਂਡ ਕਿਸੇ ਨੇ ਸ਼ਿਓਰ ਨਹੀਂ ਸੀ ਕਰੀ ਕਿ ਵੀਜ਼ਾ ਆਏਗਾ। ਐਂਡ ਦੈਨ ਮੈਂ ਜਦੋਂ ਮੈਮ ਨਾਲ ਫਿਰ ਹੋਈ ਕਾਉਂਸਲਿੰਗ ਹੋਈ, ਦੈਨ ਮੈਮ ਨੇ ਗਾਈਡ ਕੀਤਾ ਆਸਟ੍ਰੇਲੀਆ ਲਈ, ਐਂਡ ਮੇਰਾ ਫਾਈਲ ਲੱਗਣ ਤੋਂ 10-15 ਦਿਨ ਦੇ ਬਾਅਦ ਵਿੱਚ ਵੀਜ਼ਾ ਆ ਗਿਆ ਸੀਗਾ। ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਆਫਟਰ ਸਬਮਿਸ਼ਨ 10-15 ਡੇਜ਼ ਦੇ ਵਿੱਚ ਜਿਹੜਾ ਇਹਨਾਂ ਦਾ ਵੀਜ਼ਾ ਆਇਆ। ਅਤੇ ਆਪਾਂ ਫੀਸ ਦੀ ਗੱਲ ਕਰੀਏ ਇਹਨਾਂ ਨਾਲ, ਕਿ ਇਹਨਾਂ ਤੋਂ ਫੀਸ ਪਹਿਲਾਂ ਵੀਜ਼ਾ ਲੱਗਣ ਤੋਂ ਪਹਿਲਾਂ ਕੋਈ ਚਾਰਜਿਸ ਲਏ ਗਏ ਸੀਗੇ ਜਾਂ ਨਹੀਂ, ਜਾਂ ਤੁਹਾਨੂੰ ਖੁਦ ਰਫਨੀਤ ਆਪਣੀ ਜ਼ਬਾਨੀ ਦੱਸੂਗੀ? ਵੀਜ਼ਾ ਲੱਗਣ ਤੋਂ ਪਹਿਲਾਂ ਮੈਂ ਕੋਈ ਵੀ ਚਾਰਜਿਸ ਨਹੀਂ ਦਿੱਤੇ, ਐਂਡ ਸਾਰੀ ਪੇ ਮੈਂ ਜਿਹੜੀ ਫੀਸ ਆ ਉਹ ਮੈਂ ਸਾਰੀ ਵੀਜ਼ਾ ਲੱਗਣ ਤੋਂ ਬਾਅਦ ਵਿੱਚ ਦਿੱਤੀ ਆ। ਐਂਡ ਕਿਉਂਕਿ ਕਈ ਏਜੰਟ ਇਹੋ ਜਿਹੇ ਵੀ ਨੇ ਜਿਹੜੇ ਫਰੋਡ ਕਰਦੇ ਨੇ, ਬਟ ਮੈਮ ਨੇ ਸਾਰਾ ਬਹੁਤ ਵਧੀਆ ਗਾਈਡ ਕੀਤਾ ਸੀਗਾ। ਮੈਮ ਜਿਹੜਾ ਮੈਮ ਦਾ ਪ੍ਰੋਸੀਜਰ ਆ ਫੀਸ ਤੋਂ ਵੀਜ਼ਾ ਤੋਂ ਬਾਅਦ ਬਹੁਤ ਵਧੀਆ। ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਕਿ ਰਵਨੀਤ ਆਪਣੀ ਜ਼ਬਾਨੀ ਦੱਸ ਰਹੀ ਕਿ ਕੋਈ ਸ਼ੋਅ ਮਨੀ ਸ਼ੋਅ ਫੰਡ ਦੇ ਪੈਸੇ ਨਹੀਂ ਲਏ ਜਾਂਦੇ ਇਸ ਆਫਿਸ ਵਿੱਚ, ਕਿਸੇ ਤਰ੍ਹਾਂ ਦੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਂਦੀ, ਟਿਊਸ਼ਨ ਫੀਸ ਦੇ ਪੈਸੇ ਨਹੀਂ ਲਏ ਜਾਂਦੇ, ਇੰਸ਼ੋਰੈਂਸ ਦੇ ਪੈਸੇ ਨਹੀਂ ਲਏ ਜਾਂਦੇ, ਈਚ ਐਂਡ ਐਵਰੀਥਿੰਗ, ਔਰ ਫੰਡ ਫੈਸਿਲਿਟੀ ਤੋਂ ਲੈ ਕੇ ਗਾਈਡੈਂਸ ਉਸਦੇ ਵਿੱਚ ਫੰਡ ਫੈਸਿਲਿਟੀ ਦੀ ਵੀ ਸਾਰੀ ਇਹਨਾਂ ਨੂੰ ਦਿੱਤੀ ਜਾਂਦੀ ਹੈ। ਈਚ ਐਂਡ ਐਵਰੀਥਿੰਗ ਹੈ ਜਿਹੜਾ ਫਲਾਈ ਅਬਰੋਡ ਦੀ ਕੰਪਨੀ ਹੈ ਜਿਹੜੀ ਆਪਣੇ ਕੋਲੋਂ ਕਰਦੀ ਆ, ਔਰ ਜਦੋਂ ਇਹਨਾਂ ਦਾ ਵੀਜ਼ਾ ਆਉਂਦਾ ਵਾ ਤਾਂ ਫਿਰ ਇਹ ਆਪਣਾ ਜਿਹੜਾ ਵਾ ਸਾਨੂੰ ਆਪਣੇ ਚਾਰਜਿਸ ਪੇ ਕਰਦੇ ਨੇ। ਅਤੇ ਸਾਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ ਕਿ ਕਿਸੇ ਦਾ ਕੋਈ ਲੋਸ ਤਾਂ ਨਹੀਂ ਹੋਇਆ। ਅੱਜ ਵੀ ਮੇਰੇ ਕੋਲ 2-3 ਕਲਾਇੰਟਸ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਤੋਂ 2.5 ਲੱਖ ਰੁਪਈਆ ਸ਼ੋਅ ਮਨੀ ਦਾ ਏਜੰਟਸ ਨੇ ਲਿਆ ਸੀਗਾ, ਅਤੇ ਉਹ ਕਲਾਇੰਟਸ ਬੜੇ ਰੋ ਰਹੇ ਸੀ ਯੂਟਿਊਬ ਤੋਂ ਸੀਗੇ ਉਹ ਕਲਾਇੰਟਸ। ਉਹਨਾਂ ਨੇ ਉੱਥੋਂ ਮੇਰਾ ਨੰਬਰ ਲਿਆ ਸੀਗਾ, ਔਰ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਇੰਨੇ ਪੈਸੇ ਬਰਬਾਦ ਹੋ ਗਏ ਆ, ਤਾਂ ਬੜੀ ਹੈਰਾਨਗੀ ਵਾਲੀ ਗੱਲ ਹੋਈ। 2017 ਪਾਸ ਆਊਟ ਸਟੂਡੈਂਟ ਸੀਗਾ ਜਿਸਦਾ ਵੀਜ਼ਾ ਵੀ ਗਾਰੰਟਿਡ ਸੀਗਾ, ਬਟ ਸ਼ੋਅ ਮਨੀ ਦੇ ਪੈਸੇ ਲੈਣ ਦੇ ਚੱਕਰ ਵਿੱਚ ਉਹਨਾਂ ਨੇ ਸਿਰਫ ਪੈਸਿਆਂ ਦਾ ਇੱਕ ਸਿਸਟਮ ਬਣਾਇਆ ਹੋਇਆ ਵਾ ਏਜੰਸੀ ਨੇ ਕਿ ਉਹ ਪੈਸੇ ਲੈ ਲੈਂਦੇ ਵੀਜ਼ਾ ਭਾਵੇਂ ਕਿਸੇ ਦਾ ਆਏ ਭਾਵੇਂ ਨਾ ਆਏ। ਇਸੇ ਕਰਕੇ ਅਸੀਂ ਜਿਹੜਾ ਇੱਕ ਸਿਸਟਮ ਬਣਾਇਆ ਵਾ ਆਪਣੇ ਫਲਾਈ ਅਬਰੋਡ ਦੇ ਆਫਿਸ ਕੀ, ਜਿਹੜੇ ਵੀ ਸਟੂਡੈਂਟਸ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਕੋਲੋਂ ਸਟਾਰਟਿੰਗ ਦੇ ਵਿੱਚ ਕੋਈ ਵੀ ਚਾਰਜਿਸ ਨਹੀਂ ਲਏ ਜਾਣਗੇ, ਸਾਰੀ ਫੀਸ ਆਫਟਰ ਵੀਜ਼ਾ ਹੋਊਗੀ, ਉਹਨਾਂ ਦੀ ਟਿਊਸ਼ਨ ਫੀ ਤੋਂ ਲੈ ਕੇ ਉਹਨਾਂ ਦੀ ਫੰਡਸ ਫੈਸਿਲਿਟੀ ਤੋਂ ਲੈ ਕੇ ਸਾਰਾ ਕੁਝ ਅਸੀਂ ਆਪਣੇ ਕੋਲੋਂ ਪੇ ਕਰਾਂਗੇ। ਔਰ ਤੁਸੀਂ ਇਹਨਾਂ ਦੀ ਜ਼ਬਾਨੀ ਜਿਵੇਂ ਸੁਣ ਸਕੇ ਹੋ ਕਿ ਇਹਨਾਂ ਨੇ ਸਾਰਾ ਪੈਸਾ ਸਾਨੂੰ ਅੱਜ ਇਹਨਾਂ ਨੇ ਦਿੱਤਾ ਵਾ, ਸਾਰੀ ਫੀਸ ਜਿਹੜੀ ਆ, ਅਤੇ ਅੱਜ ਕਲਾਇੰਟ ਵੀ ਖੁਸ਼ ਆ ਅਤੇ ਅੱਜ ਅਸੀਂ ਵੀ ਖੁਸ਼ ਹਾਂ ਕਿ ਅੱਜ ਅਸੀਂ ਵੀ ਇਹਨਾਂ ਲਈ ਜਿਹੜਾ ਵਾ ਆਪਣੇ ਕੋਲੋਂ ਕੰਮ ਕਰਕੇ ਜਿਹੜਾ ਦਿੱਤਾ ਵਾ ਅਤੇ ਅੱਜ ਕਾਮਯਾਬੀ ਮਿਲੀ ਆ। ਅਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਤੁਸੀਂ ਫੇਸਬੁੱਕ 'ਤੇ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਅਤੇ ਫੇਸਬੁੱਕ ਤੋਂ ਹੀ ਤੁਸੀਂ ਮੇਰੇ ਕੋਲ ਆਉਂਦੇ ਹੋ। 70-80% ਲੋਕ ਨੇ ਜਿਹੜੇ ਮੇਰਾ ਫੇਸਬੁੱਕ 'ਤੇ ਐਡ ਨੇ, ਉਹ ਲੋਕ ਮੇਰੇ ਕੋਲ ਆ ਕੇ ਫਾਈਲਾਂ ਲਗਾਉਂਦੇ ਨੇ, ਜਾਂ ਫਰਦਰ ਆਪਣੇ ਫਰੈਂਡਸ ਨੂੰ ਰੈਕਮੈਂਡ ਕਰਦੇ ਆ, ਆਪਣੇ ਰਿਲੇਟਿਵਸ ਨੂੰ, ਉਹ ਵੀ ਲੋਕ ਮੇਰੇ ਕੋਲ ਆਪਣੀ ਫਾਈਲਸ ਲਗਾਉਂਦੇ ਆ ਅਤੇ ਟਰੱਸਟ ਦਿਖਾਉਂਦੇ ਆ। ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਦੇ ਨੇ ਅਤੇ ਆਪਣਾ ਵੀਜ਼ਾ ਇੱਥੋਂ ਲੈ ਕੇ ਜਾਂਦੇ ਨੇ। ਆਓ ਆਪਾਂ ਇੱਕ ਨਜ਼ਰ ਮਾਰੀਏ, ਰਵਨੀਤ ਕੌਰ ਦੇ ਪੇਰੈਂਟਸ ਮੇਰੇ ਨਾਲ ਨੇ, ਰਵਨੀਤ ਦੀ ਮੰਮਾ ਕੁਝ ਗੱਲਾਂ ਤੁਹਾਡੀਆਂ ਸ਼ੇਅਰ ਕਰ ਲੈਂਦੇ ਆ। ਤੁਹਾਨੂੰ ਕਿਵੇਂ ਲੱਗਾ ਫਲਾਈ ਬੋਰਡ ਦੇ ਆਫਿਸ ਜਦ ਤੁਸੀਂ ਫਾਈਲ ਅਪਲਾਈ ਕੀਤੀ ਤੋਂ ਲੈ ਕੇ ਹੁਣ ਤੱਕ, ਤੁਸੀਂ ਕੋਈ ਐਕਸਪੀਰੀਅੰਸ ਆਪਣਾ ਦੱਸੋ? ਸਾਨੂੰ ਇੱਥੇ ਬਹੁਤ ਵਧੀਆ ਲੱਗਿਆ, ਮੈਂ ਆਪਣੀ ਬੇਟੀ ਨਾਲ ਆਈ ਸੀਗੀ, ਸਾਨੂੰ ਬਾਹਰ ਸਟਾਫ ਬਹੁਤ ਵਧੀਆ ਲੱਗਿਆ, ਉਹਨਾਂ ਨੇ ਸਾਨੂੰ ਮੈਡਮ ਨਾਲ ਮਿਲਾਇਆ, ਸਾਨੂੰ ਮੈਡਮ ਦਾ ਨੇਚਰ ਬਹੁਤ ਵਧੀਆ ਲੱਗਿਆ, ਸਾਨੂੰ ਮੈਡਮ ਨੇ ਇੱਕ ਪੂਰੀ ਤਸੱਲੀ ਦਿੱਤੀ ਕਿ ਸਾਡੇ ਆਫਿਸ ਦੇ ਵਿੱਚੋਂ ਜਿਹੜੀ ਹੈ ਤੁਹਾਨੂੰ ਨਿਰਾਸ਼ ਹੋ ਕੇ ਨਹੀਂ ਜਾਓਗੇ, ਅਤੇ ਸਾਨੂੰ 100% ਅਸੀਂ ਬੜੇ ਇੱਥੋਂ ਖੁਸ਼ ਹੋ ਕੇ ਗਏ। ਇੱਕ ਦੋ ਜਗ੍ਹਾ 'ਤੇ ਮੈਂ ਆਪਣੀ ਬੇਟੀ ਨਾਲ ਗਏ ਸੀ, ਪਰ ਉਹਨਾਂ ਨੇ
ਆਫਰ ਲੈਟਰ ਨਹੀਂ ਆਇਆ, ਆਫਰ ਲੈਟਰ ਨਹੀਂ ਆਈ, ਇਹਨਾਂ ਨੂੰ ਦਿੱਕਤ ਆਈ ਸੀ ਵੀ ਕਾਫੀ ਆਫਰ ਸਾਨੂੰ ਆਫਰ ਲੈਟਰ ਨਹੀਂ ਆਈ। ਜਦੋਂ ਮੈਡਮ ਕੋਲ ਫਿਰ ਪਹੁੰਚੇ ਤੇ ਸਾਈਂ ਬਹੁਤ ਖੁਸ਼ ਹੋਏ ਤੇ ਹੁਣ ਸਾਡੀ ਬੇਟੀ ਦਾ 10-15 ਦਿਨ ਬਾਅਦ ਹੀ ਵੀਜ਼ਾ ਆ ਗਿਆ ਤੇ ਅੱਜ ਅਸੀਂ ਵੀਜ਼ਾ ਲੈਣ ਆਏ ਆ। ਨਾਲੇ ਅਸੀਂ ਮੈਡਮ ਨੂੰ ਪੈਸੇ ਪੇ ਕਰਨਾ ਹੈ, ਸਾਰੇ ਪੈਸੇ ਮੈਡਮ ਵੀਜ਼ਾ ਆਉਣ ਤੋਂ ਬਾਅਦ ਹੀ ਰਹਿੰਦੇ ਨੇ ਤੇ ਕੱਲ੍ਹ ਸਾਡੀ ਬੇਟੀ ਦੀ ਫਲਾਈਟ ਆ, ਕੱਲ੍ਹ ਸਾਡੀ ਬੇਟੀ ਸਿਡਨੀ ਜਾ ਰਹੀ ਤੇ ਆਓ ਇੱਕ ਨਜ਼ਰ ਮਾਰੀਏ ਪਹਿਲਾਂ ਤੇ ਫਾਦਰ ਗਿਆ ਸਾਡੇ ਨਾਲ ਬੈਠੇ ਨੇ ਤੇ ਅੱਜ ਸਾਰਾ ਪਰਿਵਾਰ ਖੁਸ਼ ਹੈਗਾ। ਜੇ ਮੇਰੇ ਸਟੂਡੈਂਟਸ ਖੁਸ਼ ਨੇ ਤਾਂ ਮੈਂ ਵੀ ਖੁਸ਼ ਹਾਂ, ਜੇ ਮੈਂ ਵਧੀਆ ਸਰਵਿਸ ਇਹਨਾਂ ਨੂੰ ਪ੍ਰੋਵਾਈਡ ਕਰ ਰਹੀ ਹਾਂ, ਇਹਨਾਂ ਦੀ ਸੈਟਿਸਫੈਕਸ਼ਨ ਹੀ ਮੇਰਾ ਮੋਟੋ ਆ ਕਿ ਮੇਰੇ ਬੱਚੇ ਜਿਹੜੇ ਇੱਥੋਂ ਖੁਸ਼ ਹੋ ਕੇ ਜਾਣ, ਆਪਣੇ ਵੀਜ਼ਾਸ ਲੈ ਕੇ ਜਾਣ ਤੇ ਇਹਨਾਂ ਦਾ 1 ਰੁਪਈਆ ਵੀ ਜਿਹੜਾ ਰਿਸਕ ਵਿੱਚ ਨਾ ਹੋਵੇ। ਅਗਰ ਰਿਫਿਊਜ਼ਲ ਆ ਜਾਂਦੀ ਬੱਚੇ ਦੀ, ਉਹਨਾਂ ਨੇ ਆਪਣੇ ਬਹੁਤ ਲੋਸ ਕੀਤੇ ਹੋ ਤੇ ਆਪਣੀ ਜ਼ਮੀਨਾਂ ਵੇਚਦੇ, ਆਪਣੀ ਐਸੈਟਸ ਵੇਚਦੇ ਆ, ਪੈਸੇ ਇਕੱਠੇ ਕਰਦੇ ਆ, ਸ਼ੋ ਮਨੀਆਂ ਦੇ ਪੈਸੇ ਦਿੰਦੇ ਨੇ ਏਜੰਟਸ ਨੂੰ, ਔਰ ਐਂਡ ਦੇ ਵਿੱਚ ਜਿਹੜਾ ਉਹਨਾਂ ਨੂੰ ਵੀਜ਼ਾ ਵੀ ਨਹੀਂ ਮਿਲਦਾ, ਪਲੱਸ ਉਹਨਾਂ ਦਾ ਜਿਹੜਾ ਲੋਸ ਹੋ ਜਾਂਦਾ। ਬਟ ਸਾਡੇ ਕੋਲ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈਗਾ, ਅਸੀਂ ਸਾਰੇ ਪੈਸੇ ਘਰੋਂ ਲਗਾਉਂਦੇ ਹਾਂ, ਜਦੋਂ ਬੱਚਿਆਂ ਦਾ ਵੀਜ਼ਾ ਆ ਜਾਂਦਾ ਉਹ ਫਿਰ ਅਸੀਂ ਉਹਨਾਂ ਤੋਂ ਚਾਰਜਿਸ ਲੈਂਦੇ ਹਾਂ। ਸੋ ਥੈਂਕਸ ਅਲੋਟ ਵੰਸ ਅਗੇਨ ਤੁਹਾਡਾ ਸਾਰਿਆਂ ਦਾ। ਤੇ ਆਓ ਆਪਾਂ ਇੱਕ ਨਜ਼ਰ ਮਾਰੀਏ ਰਵਨੀਤ ਕੌਰ ਦੇ ਵੀਜ਼ਾ ਤੇ, ਤੁਸੀਂ ਦੇਖ ਸਕਦੇ ਹੋ ਰਵਨੀਤ ਦਾ ਵੀਜ਼ਾ। ਇੱਕ ਗੱਲ ਮੈਂ ਇੱਥੇ ਹੋਰ ਕਰਨੀ ਚਾਹਾਂਗੀ, ਜਿਵੇਂ ਕਿ ਬਹੁਤ ਸਾਰੇ ਏਜੰਟਸ ਨੇ ਫੇਕ ਵੀਜ਼ਾਸ, ਫੇਕ ਪੋਸਟ ਪਾਉਂਦੇ ਆ। ਸਭ ਤੋਂ ਪਹਿਲੀ ਗੱਲ ਇਹ ਚੀਜ਼ਾਂ ਅਸੀਂ ਬਿਲਕੁਲ ਨਹੀਂ ਕਰਦੇ। ਸਾਡੇ ਕੋਲ ਜੈਨੂਇਨ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ਾਸ ਆਈ ਹੈ, ਸਿਰਫ ਉਹਨਾਂ ਦੀ ਫੋਟੋ ਅਸੀਂ ਉਹਨਾਂ ਦੀ ਵੀਡੀਓਸ ਅਪਲੋਡ ਹੁੰਦੀ ਆ, ਤੁਸੀਂ ਹੁਣ ਦੇਖ ਸਕੋਗੇ। ਰਵਨੀਤ ਕੱਲ੍ਹ ਉੱਥੇ ਪਹੁੰਚਣ ਤੋਂ ਬਾਅਦ ਪਰਸੋਂ ਤੁਸੀਂ ਦੇਖੋਗੇ ਆਸਟ੍ਰੇਲੀਆ ਵਿੱਚ ਸਿਡਨੀ ਵਿੱਚ ਬੈਠੀ ਹੋਊਗੀ ਤੇ ਕੋਈ ਫੇਕ ਪੋਸਟ ਜਾਂ ਫੇਕ ਵੀਡੀਓਸ ਜਿਹੜਾ ਵਾ ਅਸੀਂ ਨਹੀਂ ਪਾਉਂਦੇ, ਕਿਸੇ ਨੂੰ ਵੀ ਕੋਈ ਚੀਜ਼ ਗਲਤ ਜਿਹੜੀ ਇੱਥੇ ਨਹੀਂ ਦੱਸੀ ਜਾਂਦੀ ਆ। ਫੇਸਬੁੱਕ ਦੇ ਉੱਤੇ ਜੈਨੂਇਨ ਚੀਜ਼ਾਂ ਹੁੰਦੀਆਂ ਨੇ ਸਾਡੀ ਫਲਾਈਬੋਰਡ ਕੰਪਨੀ ਥਰੂ, ਤੁਸੀਂ ਜਦੋਂ ਮਰਜ਼ੀ ਸਾਡਾ ਪੇਜ ਦੇਖ ਸਕਦੇ ਹੋ, ਤੁਹਾਨੂੰ ਉੱਥੇ ਜੈਨੂਇਨ ਚੀਜ਼ਾਂ ਮਿਲਣਗੀਆਂ, ਕੰਟੈਕਟ ਨੰਬਰ ਤੁਹਾਨੂੰ ਆਪਣੇ ਮੇਰੇ ਕਲਾਇੰਟ ਦੇ ਮਿਲਣਗੇ, ਤੁਸੀਂ ਉਹਨਾਂ ਤੋਂ ਪਤਾ ਕਰ ਸਕਦੇ ਹੋ। ਅਤੇ ਇਹ ਚੀਜ਼ਾਂ ਮੈਂ ਇਸ ਕਰਕੇ ਬੋਲ ਰਹੀ ਹਾਂ ਕਿ ਮੈਨੂੰ ਇਹ ਨਹੀਂ ਹੈਗਾ ਕਿ ਤੁਸੀਂ ਸਾਰੇ ਮੇਰੇ ਕੋਲ ਫਾਈਲਾਂ ਲਗਾਓ, ਜਸਟ ਮੈਂ ਆਪਣੀ ਜੈਨੂਇਨਟੀ ਸ਼ੋਅ ਕਰਕੇ ਉਹਨਾਂ ਬੱਚਿਆਂ ਦੇ ਫਿਊਚਰ ਬਣਾਉਣਾ ਚਾਹੁੰਦੀ ਹਾਂ ਜਿਹੜੇ ਵਿਚਾਰੇ ਭਟਕ ਰਹੇ ਨੇ ਇੱਥੋਂ ਤੇ, ਆਪਾਂ ਟਾਈਮ ਵੇਸਟ ਕਰ ਰਹੇ ਨੇ ਉਹਨਾਂ ਵਾਸਤੇ ਇਹ ਵੀਡੀਓਜ਼ ਅਪਲੋਡ ਹੁੰਦੀਆਂ ਨੇ ਕਿ ਉਹ ਇੱਕ ਵਾਰੀ ਫਲਾਈ ਬਰੋਡ ਦੇ ਆਫਿਸ ਜ਼ਰੂਰ ਵਿਜ਼ਿਟ ਕਰਨ ਅਤੇ ਇੱਕ ਵਾਰੀ ਮੇਰੇ ਕੋਲੋਂ ਆਪਣੀ ਸਾਰੀ ਗਾਈਡੈਂਸ ਲੈਣ ਕਿ ਉਹਨਾਂ ਨੂੰ ਕਿਹੜੀ ਕੰਟਰੀ ਸੂਟੇਬਲ ਉਹਨਾਂ ਵਾਸਤੇ, ਕਿਹੜਾ ਉਹਨਾਂ ਦਾ ਜਿਹੜਾ ਵਾ ਕਿਹੜਾ ਪ੍ਰੋਗਰਾਮ ਸੂਟੇਬਲ ਹੈ, ਕਿੱਥੇ ਉਹ ਜ਼ਿਆਦਾ ਐਲੀਜੀਬਲ ਨੇ, ਉਹਨਾਂ ਚੀਜ਼ਾਂ ਦੇ ਉੱਤੇ ਪਹਿਲਾਂ ਕੌਂਸਲਿੰਗ ਦਿੱਤੀ ਜਾਂਦੀ ਹੈ ਅਤੇ ਸਟੂਡੈਂਟ ਨੂੰ ਫਿਰ ਉਸਦੇ ਅਕੋਰਡਿੰਗ ਜਿਹੜਾ ਸਾਰਾ ਕੰਮ ਅਸੀਂ ਫਰਦਰ ਪ੍ਰੋਸੀਡ ਕਰਦੇ ਹਾਂ। ਸੋ ਥੈਂਕਸ ਅਲੋਟ ਵੰਸ ਅਗੇਨ ਮਾਈ ਫੇਸਬੁੱਕ ਫੈਮਿਲੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਆਲਵੇਜ਼ ਮੈਨੂੰ ਮੇਰੇ ਬਾਰੇ ਤੁਸੀਂ ਰੈਫਰ ਕਰਦੇ ਹੋ ਸਾਰਿਆਂ ਨੂੰ, ਆਪਣੇ ਨੋਨ ਲੋਕਾਂ ਨੂੰ, ਆਪਣੇ ਰਿਲੇਟਿਵਸ ਨੂੰ, ਆਪਣੇ ਫਰੈਂਡਸ ਨੂੰ, ਫਰੈਂਡਸ ਟੂ ਫਰੈਂਡਸ ਅੱਗੇ ਵੀ ਜਿਹੜੇ ਨੇ ਲੋਕ ਮੈਨੂੰ ਜਾਣਦੇ ਨੇ। ਬਟ ਮੈਂ ਵੀ ਹੈਰਾਨ ਹੋਣੀ ਕਿ ਕਿੱਥੋਂ ਲੋਕ ਜਿਹੜੇ ਨੇ ਅਪਲਾਈ ਕਰਨ ਆਉਂਦੇ ਸਾਡੇ ਕੋਲ, ਜਸਟ ਇੱਕ ਜੈਨੂਇਨਟੀ ਹੈ ਸਾਡੇ ਕੋਲ, ਔਰ ਪਰਮਾਤਮਾ ਦਾ ਨਾਮ ਹੈਗਾ ਵਾ, ਇੱਕ ਪਰਮਾਤਮਾ ਦੀ ਅਰਦਾਸ ਹੁੰਦੀ ਹੈ ਆਪਣੇ ਸਟੂਡੈਂਟਸ ਲਈ, ਜਿਸਦੇ ਕਰਕੇ ਅੱਜ ਸਾਡੇ ਬੱਚੇ ਜਿਹੜੇ ਨੇ ਇੱਥੋਂ ਖੁਸ਼ ਹੋ ਕੇ ਆਪਣਾ ਵੀਜ਼ਾ ਲੈ ਕੇ ਜਾਂਦੇ ਨੇ। ਸੋ ਥੈਂਕਸ ਅਲੋਟ ਵੰਸ ਅਗੇਨ।